ਕੰਡਿਆਂ ਤੇ ਟੁਰ ਕੇ ਆਏ ਕੰਡਿਆਂ ਤੇ ਟੁਰ ਕੇ ਆਏ ਤੇ ਦੇ ਕੋਲ ਪਰੂਆਣੇ ਅੱਗੇ ਤੇ ਨਹੀਂ ਉਮਰ ਦੀ ਢੋਲਣ ਤੂੰ ਜਾਣੇ ਜਾਂ ਨਾ ਜਾਣੇ ਕੰਡਿਆਂ ਤੇ ਟਰਕੇ ਆਏ ਤੇਦੇ ਕੋਲ ਪਰੂਆਲੇ ਅੱਗੇ ਤੇਦੀ ਮਰਜ਼ੀ ਢੋਲਣ ਤੂੰ ਜਾਣੇ ਜਾਂ ਨਾ ਜਾਣੇ ਕੰਡਿਆਂ ਤੇ ਟਰਕੇ ਆਏ ਅਸਾਂ ਤੇਰੇ ਕੋਲ ਰਹੰਦੇ ਤੂੰ ਸਾਡੇ ਕੋਲ ਰਹਿੰਦਾ ਅਸਾਂ ਤੇਰੇ ਕੋਲ ਰਹੰਦੇ ਤੂੰ ਸਾਡੇ ਕੋਲ ਰਹਿੰਦਾ ਸਾਡੇ ਵਸਦੇ ਕੋਲੋਂ ਬਾਹਰ ਬਹੁਤ ਦੂਰ ਦਾ ਹੈ ਪਿੰਡ ਅਸਾਂ ਇਸ ਜ਼ਮੀਨ ਦੇ ਵਾਸੀ ਤੇਰੇ ਚਨ ਤੇਨ ਟਿਕਾਣੇ ਕੰਡਿਆਂ ਤੇ ਟੁਰ ਕੇ ਆਏ ਤੇਦੇ ਕੋਲ ਫਰੂਵਾਣ ਅਗੇ ਤੇਦੀ ਮਰਜ਼ੀ ਢੋਲਣ ਤੂੰ ਜਾਣੇ ਜਾਂ ਨਾ ਜਾਣੇ ਕੰਡਿਆਂ ਤੇ ਟੁਰ ਕੇ ਆਏ ਤੈਨੂੰ ਮਰਜ਼ ਕਿਹੜਾ ਦਸੀਏ ਜਦ ਸੜ ਗਿਆ ਨਸੀਬਾ ਤੈਨੂੰ ਮਰਜ਼ ਕਿਹੜਾ ਦਸੀਏ ਜਦ ਸੜ ਗਿਆ ਨਸੀਬਾ ਸਾਡਾ ਸੀਨਾ ਜ਼ਖਮ ਜ਼ਖਮੀ ਤੂ ਵੇਖ ਲੈ ਤਬੀਬਾ ਕੁਝ ਫਟਣਯਾ ਜੁ ਫਟ ਨੇ ਬਹੁ ਪੁਰਾਣੇ ਕੰਡਿਆਂ ਤੇ ਟੁਰ ਕੇ ਆਏ ਤੇ ਦੇਖੋਲ ਪਰੂਆਣ ਅਗਤ ਦੀ ਮਰਜ਼ੀ ਢੋਲਣ ਤੂੰ ਜਾਣੇ ਜਾਂ ਨਾ ਜਾਣੇ ਕੰਡਿਆਂ ਤੇ ਟੁਰ ਕੇ ਆਏ ਤੈਨੂੰ ਮਾਣਵੇ ਹੁਸਨ ਦਾ ਅੱਜ ਹੈ ਤੇ ਕੱਲ ਨਾ ਹੋਸੀ ਤੈਨੂੰ ਮਾਣਵੇ ਹੁਸਨ ਦਾ ਅੱਜ ਹੈ ਤੇ ਕੱਲ ਨਾ ਹੋਸੀ ਅਸਾ ਫਕੀਰ ਤੇ ਦੇ ਕੱਲ ਸਾਡੀ ਲੋੜ ਪੋਸੀ ਨਿਤ ਹਿਕ ਜੇ ਇਕ ਜੇ ਜ਼ਮਾਨੇ ਕੰਡਿਆਂ ਤੇ ਟੁਰ ਕੇ ਆਏ ਤੇ ਦੇਖੋਲ ਪਰੂਆਣ ਅਗੇ ਤੇ ਦੀ ਮਰਜ਼ੀ ਢੋਲਣ ਤੂੰ ਜਾਣੇ ਜਾਂ ਨਾ ਜਾਣੇ ਕੰਡਿਆਂ ਤੇ ਟੁਰ ਕੇ ਆਏ जी ये थे सरवराज साहब जो कि अताल्ला की आवाज़ में गाना गाते हैं मैंने आपको पहले ही बताया था कि ये ज़िला जंग की शान है और एक शानदार टैलेंट है जिसका किसी को पता नहीं था तो आज हमने इसको पब्लिक के सामने लेके आए हैं तो इस गाने की फरमाइश हमें इटली से राम निवास साहब ने की थी और फ़ोन के ज़रिए कि आपने ये गाना गाना है तो उनकी फरमाइश भी इन्होंने ये